तेरा खालसा है, धन दशमेश पिता, धन तेरा खालसा है, धन दशमेश पिता, धन तेरा खालसा है। तेरी देख दियाार तक तुम तेरी देख दियाल कंधार तक तुम तेरी देख दियाल कंधार तक तुम तेरी देख दिया हरी सिंह नलवे ने पल्ले आप छोड़ जाते हरी सिंह नलवे ने पल्ले आप छोड़ जाते हरी सिंह नलवे ने पल्ले आप छोड़ जाते हरी सिंह नलवे ने झूल दान निशाने उते है झूल दान निशाने उते खंडा दो जुगो जुग अटल साहिब सतगुरु श्री गुरु ग्रंथ साहिब जी की पावन पवित्र गोद विच सुभायमान गुरु रूप साध संगत अति सत्कार योग महापुरख महान दुनिया दे विच एक जवादी टकसाल का नाम
ਜਵਦੀ ਟਕਸਾਲ ਦੇ ਬਾਣੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਪਾਵਨ ਯਾਦ ਨੂੰ ਤਾਜ਼ਾ ਕਰਦੇ ਹੋਏ ਆਪ ਬੜੀ ਸ਼ਰਧਾ ਨਾਲ ਬੜੀ ਅਕੀਦਤ ਨਾਲ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਸੁਬਾਹ ਤੋਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਅਮੀਰ ਸਿੰਘ ਜੀ ਸੁਬਾਹ ਤੋਂ ਲੈ ਕੇ ਸੰਗਤਾਂ ਵਿੱਚ ਮਹਾਨ ਮਹਾਂਪੁਰਖ ਅਤਿ ਸਤਿਕਾਰਯੋਗ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਗੁਰਦਾਸਪੁਰ ਵਾਲੇ ਸਮੂਹ ਸੰਗਤਾਂ ਅਦਬ ਸਾਹਿਤ ਆਪ ਜੀ ਦਾ ਸਮਾਂ ਬੜਾ ਕੀਮਤੀ ਹੈ ਮੈਂ ਇੱਕ ਵੱਖਰੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਅੱਜ ਮਹਾਂਪੁਰਸ਼ਾਂ ਦੀ ਬਰਸੀ ਹੈ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਰਾਗ ਹੂੰ ਇੱਕ ਸ਼ੇਰ ਕਹਿਣ ਲੱਗਾ ਘੰਟੇ ਦੋ ਘੰਟੇ ਕੀਰਤਨ ਕਰੀਏ ਇੱਕ ਘੰਟਾ ਕੀਰਤਨ ਕਰੀਏ ਚਾਰ ਘੰਟੇ ਕੀਰਤਨ ਕਰੀਏ ਮਸਲਾ ਨਹੀਂ ਮਸਲਾ ਕੇਵਲ ਇੱਕ ਨੁਕਤੇ ਦਾ ਚਿਰਾਗ ਹੂੰ ਬੁਝ ਗਿਆ ਤੋ ਕਿਆ ਗਮ ਹੈ ਚਿਰਾਗ ਹੂੰ ਬੁਝ ਗਿਆ ਤੋ ਕਿਆ ਗਮ ਹੈ ਮਗਰ ਜਿਤਨਾ ਚਿਰ ਜਲਾ ਰੋਸ਼ਨੀ ਤੋ ਕੀ ਮੈਨੇ ਸੰਤ ਬਾਬਾ ਸੁੱਚਾ ਸਿੰਘ ਜੀ ਇੱਕ ਹੋਰ ਬੇਨਤੀ ਹੈ ਉਹਨਾਂ ਦੇ ਬਾਬਤ ਹਰ ਦੌਰ ਕੇ ਮਲਾਹ ਹਮੇ ਯਾਦ ਕਰੇਂਗੇ ਹਰ ਦੌਰ ਕੇ ਮਲਾਹ ਹਮੇ ਯਾਦ ਕਰੇਂਗੇ ਇਸ ਪਹਿਲੂ ਪਰ ਕੁਛ ਐਸੇ ਨਿਸ਼ਾਨ ਛੋੜ ਜਾਏਂਗੇ ਹਮ ਜਵਦੀ ਟਕਸਾਲ ਉਹਨਾਂ ਬਾਬਤ ਸੰਨ 2002 ਵਿੱਚ ਇੱਕ ਸਿਮਰਤੀ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਨਾਂ ਨੇ ਜੇ ਸੰਤ ਬਾਬਾ ਅਮੀਰ ਸਿੰਘ ਉਹਨਾਂ ਨੇ ਉਹ ਬੜੀ ਬਾਹਰ ਅਮੈਰੀਕਾ ਕੈਨੇਡਾ ਦੁਨੀਆਂ ਵਿੱਚ ਗਏ ਹੈ ਉਹਦੇ ਵਿੱਚ ਸਾਰੇ ਵਿਦਵਾਨਾਂ ਦੇ ਲੇਖ ਮੰਗੇ ਗਏ ਸਨ ਤੋ ਦਾਸ ਨੇ ਇੱਕ ਉਹਦੇ ਵਿੱਚ ਕਵਿਤਾ ਦੀ ਲਾਈਨ ਲਿਖੀ ਸੀ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਮੈਨੂੰ ਉਹਨਾਂ ਦਾ ਪਤਾ ਸੀ ਉਹਨਾਂ ਨੇ ਜ਼ਰੂਰ ਆਉਣਾ ਉਹਨਾਂ ਦੇ ਦੀਵਾਨਾਂ ਵਿੱਚ ਹੋਈਏ ਜਿੱਥੇ ਵੀ ਹੋਈਏ ਉਹ ਜਵਾਦੀ ਦੀ ਗੱਲ ਜ਼ਰੂਰ ਸੁਣਦੇ ਆ ਕਹਿੰਦੇ ਵੀ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਇੱਕ ਸ਼ੇਰ ਜਿਹੜਾ ਉਹ ਸੁਣਾ ਦਿਓ ਇਹ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਮੈਂ ਆਪਣੀ ਇੱਕ ਢਾਡੀ ਵਾਰ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਇਹ ਤੁਸੀਂ ਲੈਣਾ ਸੁਣੀਏ 40 ਸਾਲ ਖਾਲਸੇ ਦਾ ਰਾਜ ਔਰ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਕੀਦਤ ਦਾ ਦਿਲੋਂ ਭੇਟ ਕਰਨੇ ਹਨ ਮਹਾਂਪੁਰਖ ਅਤੇ ਖਾਲਸਾ ਸੰਤ ਪੂਰੇ ਮਹਾਂਪੁਰਖ ਅਤੇ ਖਾਲਸਾ ਸੰਤ ਪੂਰੇ ਮੁਖੀ ਆਪ ਜਵਦੀ ਟਕਸਾਲ ਦੇ ਸੀ ਕਹਿਣੀ ਕਥਨੀ ਦੇ ਪੱਕੇ ਨਾ ਕਦੇ ਡੋਲੇ ਕਹਿਣੀ ਕਥਨੀ ਦੇ ਪੱਕੇ ਨਾ ਕਦੇ ਡੋਲੇ ਬੁੱਧੀਮਾਨ ਲਖਾਰੀ ਕਮਾਲ ਦੇ ਸੀ ਕਥਾ ਕੀਰਤਨ ਤੇ ਢਾਡੀ ਦਰਬਾਰ ਕੀਤੇ ਕਥਾ ਕੀਰਤਨ ਤੇ ਢਾਡੀ ਦਰਬਾਰ ਕੀਤੇ ਬਾਬਾ ਸੁੱਚਾ ਸਿੰਘ ਵਿਦਵਾਨ ਕਮਾਲ ਦੇ ਸੀ ਮਹਿਕ ਫੁੱਲਾਂ ਦੀ ਮਹਿਕ ਫੁੱਲਾਂ ਦੀ ਹੋਰ ਹੈ ਮਹਿਕ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਦੀ ਭੌਰਿਆ ਮਸਤ ਕੀਤੀ ਸੁੱਚਾ ਸਿੰਘ ਫੁੱਲ ਗੁਲਾਬ ਦੇ ਸੀ ਉਹ ਇੱਕ ਫੁੱਲ ਗੁਲਾਬ ਦੇ ਹਰ ਬੰਦਾ ਹਰ ਭੈਣ ਜਦੋਂ ਬਾਹਰ ਨਿਕਲਦਾ ਉਹ ਕਹਿੰਦਾ ਮੇਰਾ ਸੰਤਾਂ ਨਾਲ ਬੜਾ ਪਿਆਰ ਹੈ ਮੇਰਾ ਸੰਤਾਂ ਨਾਲ ਬੜਾ ਪਿਆਰ ਹੈ ਮੈਂ ਸੰਤਾਂ ਦੇ ਬੜਾ ਨੇੜੇ ਹਾਂ ਖੈਰ ਆਓ ਮੈਂ ਬੇਨਤੀ ਕਰ ਰਿਹਾ ਗੱਲ ਚੱਲ ਰਹੀ ਸੀ ਢਾਡੀ ਵਾਰ ਮੈਂ ਆਪ ਜੀ ਦੇ ਸਾਹਮਣੇ ਰੱਖਣੀ ਚਾਹਵਾਂ ਜੋ ਢਾਡੀ ਦਾ ਹੱਕ ਹੈ ਜੋ ਢਾਡੀ ਦਾ ਵਿਰਸਾ ਹੈ ਜੋ ਢਾਡੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਢਾਡੀ ਕਿਸ ਨੂੰ ਆਖੀਏ ਜੋ ਖਸਮੈ ਧਰੈ ਪਿਆਰ ਦਰ ਖਰਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਆਓ ਮੈਂ ਸਿੱਖ ਰਾਜ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਗੱਲ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਸਿੱਖ ਚੈਨਲ ਸਾਹਮਣੇ ਮੇਰੇ ਵੀਰ ਉਹ ਕਹਿ ਰਹੇ ਹੈ ਵੀ ਇੱਕ ਵਾਰੀ ਇਹ ਗੱਲ ਕਹਿ ਦੇਣੀ ਸਿੱਖ ਚੈਨਲ ਵਾਲਿਆਂ ਦਾ ਬੜਾ ਧੰਨਵਾਦ ਹੈ ਉਹਨਾਂ ਨੇ ਮਾਇਆ ਭੇਜੀ ਹੈ ਸਾਰੀ ਰਿਕਾਰਡਿੰਗ ਕਰ ਰਹੀ ਹੈ ਧੰਨਵਾਦ ਹੈ ਆਓ ਬੇਨਤੀ ਕਰਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਕੌਮ ਔਰ ਪੰਜਾਬ ਦੇ ਸਬਚੁਸ ਖਾਲਸਾ ਪੰਥ ਨੂੰ ਫਤਿਹ ਬੁਲਾ ਗਏ ਹਨ ਆਖਰ ਉਹਨਾਂ ਦੀ ਅਰਥੀ ਸੰਮੜ ਬੁਰਜ ਸਜਾ ਕੇ ਰੱਖ ਦਿੱਤੀ ਗਈ ਹੈ ਜਿੱਥੇ ਸਾਰਾ ਪੰਜਾਬ ਦਾ
झंडे नीवे हो गए, देशों विदेशों में झंडे नीवे हो गए और बहुत सारे लोग उन्होंने श्रद्धा दे अकीदत फुल भेट कर ले आए। जरनैल आए, राजे महाराजे आए, मगर महाराणी जिंदा उस वेले किस हालात में सी वो दो लाइना मैं तुहाडे सामने कहनी है। सिख राज दा आखिरी हालात की सी, श्री ज्ञानी सोहण सिंह सीतल जी ने दो पुस्तकां लिखी हैं, सिख राज किवें बनिया, सिख राज किवें लगिया। ये प्रसंग दास ने लिखण की कोशिश की है कि सिख राज दीआं शामां, डोगरा बुरशी गर्दी का हालात तुहाडे सामने है। शेरे पंजाब महाराजा रणजीत सिंह की अर्थी पई है ते महाराणी जिंदा ने उच्चा हथ करके एक गल आखी है, इत्थे जदों महापुरश चढ़ाई कर गए सन, इत्थे तिल मारिया पुंजे धरती ते, कोई जगह नहीं सी मेरा शायद, कोई कीड़ी नहीं सी लंघ सकती, दास हाजर नहीं सी। मगर दास दा बेटा ये सुन के गल इत्थे जरूर हाजरी भर गया। संत महापुरशां दे आखरी समय ते लखां दा कट इस धरती ते, ओ पंपले ते अखबारां दे विच अज भी उन्हां दी याद उसे तरह है। तो आओ मैं बेनती करा, महाराणी जिंदा शेरे पंजाब दी कोल बैठी है, सुराने वाली की गल कर रही है, वो कहती है बुझ गए अज बनूश ने शाही, बुझ गए अज फनूश ने शाही, उजड़ गए जलूस ने शाही, अन्ना चार च फेरा होया, इस नगरी विच अज किस पापन दा फेरा होया, माया पिट पिट निस्सल होया, हिंदू मुसलमान तड़प दे वेख के खाली तड़ला होई, हिंदू मुसलमान तड़फ दे देवड़ी वे दरबान तड़फ दे अंदर कई दीवान तड़फ दे, मारणी जिंदा रो रो जिंद गवावे, डाढे अगे पेश ना जावे। कहन लगी ओए अर्थी उत्ते सुतिया शेरा, गूड़ी नींद उचिया शेरा, किधर वागा मोड़ी जाना, कानू सांझा तोड़ी जाना, ते बार कई जनहर खड़े ने तेनू देण सलामी आए, उठी ना तू बैठी ना तू बोली नू मुखोली ना तू, ओए नदरो नदरी पार के कफन मिलते लै तू, ओए अर्थी उत्ते सुतिया शेरा, गूड़ी नींद बगुचिया शेरा, किधर वागा मोड़ी जाने, कानू सांझा तोड़ी जाने, तेरिया लिखिया तुयो जाने, साडे कोला साब नहीं रहना, तेरे बाजू अणखी शेरा साडे कोल पंजाब नहीं रहना। महाराणी जिंदा दा लात सी आई डी मगर लग गई, डोगरा बुरशी ने नक्शे भेज दिते सन अंग्रेज ने, फिर कित्थे गई महाराणी जिंदा, चली गई अपने पति दी समाध दे सामने, क्योंकि पंजाब नूं छड्डण लगी सी, पंजाब नूं छड्ड के बाद अंग्रेज ने जबरदस्त घेरा पा लिया, ते फिर शेरे पंजाब दी मड़ी दे कोल जाके एक आखरी गल केड़ी कहन लगी, वो कहंदी है जोड़ा परा ला दिता, हाथ जोड़ दिते, जाके शेरे पंजाब दी मड़ी उत्ते ओदी जिंद राणी एदा कहन लगी, कहंदी मड़ी भी सुतिया जागते सही, तेरी जिंदा दी जिंदड़ी ढहन लगी, हो गए निमक हरामी वजीर तेरे, तेरे आगुआं दी बेड़ी बहन लगी, लै हुण आखरी पति प्रणाम तेनू, तेरी जिंदा हुण इत्थे नहीं रह लगी। शेरे पंजाब महाराजा रणजीत सिंह दी मड़ी कोलों एक राइटर लंघे है लखारी, वो खलो गया ते शेरे पंजाब दी मड़ी जो आवाज आई है, वो कहंदा ठहर जा, तेनू सारी गल दस दिना, कली मड़ी वल ध्यान ना रख, इत्थे केड़े केड़े लोग सुते हन। शेरे पंजाब महाराजा रणजीत सिंह ने भुली विसरी गल एक याद रखी, पुछण लगा सा कोल दी मड़ी बारे, इन्ने चिरां नूं विच्चों आवाज आ गई, कहंदा ओए लखारिया ठहर जा, गल सुन लै, सारी जान पछाण करा दियां मैं, कल्ले कल्ले दा दस के ना तेनू, जरा वेरवे नाल समझा दियां मैं, इधर मैं सुत्ता, इधर खड़क सुत्ता, इधर खड़कदा नौ निहाल सुत्ता, सामे मां ओदी ठंडी छाप सुत्ती, पिन पर जेने डोबिया राज दरबार, मेरा सामे ध्याना वजीर गदार सुत्ता। शेरे पंजाब महाराजा रणजीत सिंह दी मलका महाराणी जिंद कौर कोई पेश ना गई, हुण सरदार श्याम सिंह अटारी कौकियां दे रहण वाले जरनैल नूं अपनी बांह नूं दित्ता कीड़ा, तलवार नाल चीर के खून नाल इक पत्र लिखिया, उन्हें आख्या ओए पंजाब दे शेरा, पंजाब लुटिया जा रहा है, हुण एक गल तेरे ते आ गई है, जे पंजाब नूं अंग्रेजी ढोरा लग गया है
ते तलवारां दा छानना लैके जाना पवेगा। जे अंग्रेजी ढोरा निकल गया ते मुड़ के आ जाना पंजाब रह जाएगा। जे अंग्रेजी ढोरा ना निकलिया, मेरे कहण तो भाव अंग्रेज पंजाब चो ना निकलिया ते बर्बादी दा करना जाएगा। तो आओ जो चिट्ठी पढ़ी महाराणी जिंद कौर दी, उस वेले दा सीन तुहाडे सामने ढाडी जत्था हे इहो पेश कर रहा। Thank you.
ਮੇਰੀ ਮਹਾਰਾਣੀ ਜਿੰਦ ਕੌਰ ਜਦੋਂ ਪੱਤਰ ਲਿਖਿਆ ਸ਼ਾਮ ਸਿੰਘ ਅਟਾਰੀ ਦੇ ਕੋਲ ਦੋ ਸਰਦਾਰ ਭੇਜੇ ਗਏ ਆ ਬੁੱਢਾ ਜਰਨੈਲ 70 ਸਾਲ ਦੀ ਉਮਰ ਤਲਵਾਰ ਕੀਲੇ ਨਾਲ ਟੰਗ ਦਿੱਤੀ ਆਰਾਮ ਕਰ ਰਿਹਾ ਜਦੋਂ ਚਿੱਠੀ ਪੜ੍ਹਨ ਲੱਗਾ ਔਰ ਖੋਲੀ ਹੈ ਚਿੱਠੀ ਵੇਖ ਕੇ ਹੈਰਾਨ ਹੋ ਗਿਆ ਅੱਖਾਂ ਵਿੱਚ ਆਂਸੂ ਹੋ ਗਏ ਆਪਣੇ ਖੂਨ ਨਾਲ ਲਿਖੀ ਹੋਈ ਮਹਾਰਾਣੀ ਜਿੰਦਾਂ ਦੀ ਚਿੱਠੀ ਅਤੇ ਫਿਰ ਕੀ ਆਖਿਆ ਪੰਜਾਬ ਦੇ ਹੁਣ ਵਾਸਤੇ ਇੱਕ ਸਰਦਾਰ ਸ਼ਾਮ ਸਿੰਘ ਅਟਾਰੀ ਜਰਨੈਲ ਰਹਿ ਗਿਆ ਜੇ ਪੰਜਾਬ ਨੂੰ ਜ਼ਿੰਦਾ ਰੱਖ ਸਕੇ ਮਗਰ ਪੰਜਾਬ ਨੂੰ ਇਕੱਲਾ ਜ਼ਿੰਦਾ ਕਿਸ ਤਰ੍ਹਾਂ ਰੱਖ ਸਕਦਾ ਸੀ ਸ਼ੇਖ ਰਾਜ ਜਿਸ ਨੂੰ ਸੂਰਜ ਪੁੱਛ ਕੇ ਚੜ੍ਹਦਾ ਸੀ ਇਸ ਲਈ ਜਿਸਦਾ 1,45,000 ਮੀਲ ਮੁਰੱਬਾ ਰਕਬਾ ਔਰ ਲਾਹੌਰ ਤੇ ਕਿਲ੍ਹੇ 'ਤੇ ਨਿਸ਼ਾਨ ਝੁਲਦਾ ਜਿਸ ਨੂੰ ਖਾਲਸਾ ਰਾਜ ਆਖਿਆ ਜਾਂਦਾ ਹੈ ਅੱਜ ਬੇਸ਼ੱਕ ਪੰਜਾਬ ਸਾਡਾ 4 ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸਾ ਹਿਮਾਚਲ ਵਿੱਚ ਚਲਾ ਗਿਆ ਇੱਕ ਹਿੱਸਾ ਹਰਿਆਣੇ ਵਿੱਚ ਚਲਾ ਗਿਆ ਇੱਕ ਹਿੱਸਾ ਲਾਹੌਰ ਵਿੱਚ ਰਹਿ ਗਿਆ ਇੱਕ ਹਿੱਸੇ ਵਿੱਚ ਅਸੀਂ ਬੈਠੇ ਹਾਂ ਜਦੋਂ ਚਿੱਠੀ ਖੋਲ੍ਹੀ ਅਤੇ ਪੜ੍ਹਨ ਲੱਗਾ ਅਤੇ ਪੜ੍ਹਦਿਆਂ ਅੱਖਾਂ ਵਿੱਚੋਂ ਆਂਸੂ ਆ ਗਏ ਕਾਹਦੇ ਆਂਸੂ ਚਿਹਰੇ 'ਤੇ ਜਵਾਨੀ ਆ ਗਈ ਬੁਢਾਪਾ ਸੀ ਜੋਸ਼ ਆ ਗਿਆ ਔਰ ਖੂਨ ਨੇ ਅਬਾਲਾ ਖਾਧਾ ਮਹਾਰਾਣੀ ਸ਼ੇਰੇ ਪੰਜਾਬ ਇਸ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੁੜਮ ਵੀ ਲੱਗਦਾ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕੰਵਰ ਨੌ ਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਵੱਲ ਵਿਆਹ ਹੋਇਆ ਸੀ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਦੀ ਗੱਲ ਯਾਦ ਆਈ ਬੜਾ ਸਮਝਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਅੱਜ ਇਹਨੂੰ ਬੁੱਕਲ ਵਿੱਚ ਪਾਲ ਲਿਆ ਧਿਆਨ ਸਿੰਘ ਹੀਰਾ ਸਿੰਘ ਡੋਗਰਾ ਲਾਲ ਸਿੰਘ ਇਹ ਤਾਤਕ ਜਿੰਨੇ ਸਾਰੇ ਰਾਜ ਦੇ ਅੰਦਰ ਬਹਿ ਕੇ ਉਹਨਾਂ ਨੂੰ ਚੁਲੀਆਂ ਔਰ ਦੁੱਧ ਪਿਆ ਰਿਹਾ ਯਾਦ ਰੱਖ ਆਖਰ ਸ਼ਾਮ ਸਿੰਘ ਅਟਾਰੀ ਰੁਸਕੇ ਵੀ ਚਲਾ ਗਿਆ ਬੜੇ ਬੜੇ ਜਰਨੈਲ ਛੱਡ ਕੇ ਚਲੇ ਗਏ ਪ੍ਰਤਾਪ ਸਿੰਘ ਸਾਧੂ ਰਾਮਨਗਰ ਤੱਕ ਮੈਂ ਮਹਾਰਾਣੀ ਜਿੰਦਾਂ ਦਾ ਇਹ ਪ੍ਰਸੰਗ ਲੈ ਕੇ ਗਿਆ ਉਹ ਵੀ ਕੰਵਰ ਨੌ ਨਿਹਾਲ ਸਿੰਘ ਦੀ ਫੌਜ ਦਾ ਇੱਕ ਸਿਪਾਹੀ ਇਸ ਗੱਲ ਤੋਂ ਦੁਖੀ ਹੋ ਕੇ ਫੌਜ ਛੱਡ ਕੇ ਸਾਧੂ ਬਣ ਗਿਆ ਆਖਰ ਉਹ ਪ੍ਰਤਾਪ ਨਗਰ ਨੇਪਾਲ ਦੀਆਂ ਪਹਾੜੀਆਂ ਵਿੱਚ ਬੈਠਾ ਜਿੱਥੇ ਮਹਾਰਾਣੀ ਜਿੰਦਾਂ ਨੂੰ ਮੈਂ ਧਾਲ ਦੇ ਤੌਰ 'ਤੇ ਲੈ ਕੇ ਗਿਆ ਆਖਰ ਬੇਨਤੀ ਕਰ ਰਿਹਾ ਕਿ ਮਹਾਰਾਣੀ ਜਿੰਦਾਂ ਦੀ ਜਦੋਂ ਚਿੱਠੀ ਪੜ੍ਹੀ ਅੰਗਰੇਜ਼ਾਂ ਨੂੰ ਨਕਸ਼ੇ ਧਿਆਨ ਸਿੰਘ ਡੋਗਰੇ ਨੇ ਪਹਿਲਾਂ ਹੀ ਭੇਜ ਦਿੱਤੇ ਸਨ ਇਸੇ ਸੰਨ 1842 ਵਿੱਚ ਉਹਦੀ ਮੌਤ ਹੁੰਦੀ ਹੈ ਔਰ ਇਹ ਜਿਹੜਾ ਯੁੱਧ ਹੈ ਇਹ ਸੰਨ 1846 ਵਿੱਚ ਸਭਰਾਵਾਂ ਦੇ ਮੈਦਾਨ ਵਿੱਚ ਫਰਵਰੀ ਵਿੱਚ ਹੋਇਆ ਹੈ ਔਰ ਇੱਥੋਂ ਧਿਆਨ ਸਿੰਘ ਨੇ ਆਪਣੇ ਲਾਲ ਸਿੰਘ ਨੂੰ ਉਹਨਾਂ ਨੇ ਕਿਹਾ ਬੇੜੀਆਂ ਦਾ ਪੁਲ ਬੰਨ ਦਿਓ ਸਤਲੁਜ ਤੋਂ ਔਰ ਸਤਤ ਪਾਰ ਔਰ ਬਿਆਸ ਦੇ ਨਾਲ ਬਾਹਰ ਸਭਰਾਵਾਂ ਦੇ ਮੈਦਾਨ ਵਿੱਚ ਅੰਗਰੇਜ਼ਾਂ ਨੇ ਮੋਰਚੇ ਕੱਢ ਦਿੱਤੇ ਔਰ ਮੋਰਚੇ ਵੀ ਕਿਉਂ ਨਾ ਕੱਢੇ ਜਾਂਦੇ ਸਾਰੇ ਪੰਜਾਬ ਦੇ ਨਕਸ਼ੇ ਧਿਆਨ ਸਿੰਘ ਤਿਆਰ ਕਰਕੇ ਆਪਣੇ ਬੰਦਿਆਂ ਨੂੰ ਦੇ ਗਿਆ ਜਿਹਨਾਂ ਨੇ ਬੰਨ ਦਿੱਤੇ ਗਏ ਸੀ ਕੋਈ ਵੀ ਸਿੱਖ ਆਵੇ ਚੜ੍ਹਾਈ ਕਰਕੇ ਜ਼ਿੰਦਾ ਨਹੀਂ ਜਾ ਸਕੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੁੜਮ ਸਰਦਾਰ ਸ਼ਾਮ ਸਿੰਘ ਅਟਾਰੀ ਚਿੱਠੀ ਪੜ੍ਹੀ ਹੈ ਇੱਧਰ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿਉਂਕਿ CID ਕੋਲ ਹੈ ਉਹ ਬੜੇ ਹੱਸ ਰਹੇ ਨੇ ਦਾਰੂ ਪੀਣ ਦੀ ਗੱਲ ਚੱਲ ਰਹੀ ਸੀ ਵੀ ਪੰਜਾਬ ਦੇ ਜਵਾਨਾਂ ਬੋਤਲ ਛੱਡ ਦੇ ਉੱਧਰ ਅੰਗਰੇਜ਼ਾਂ ਨੇ ਦਾਰੂ ਪੀਣੀ ਸ਼ੁਰੂ ਕਰ ਦਿੱਤੀ ਉਹ ਕਹਿਣ ਲੱਗੇ ਸਿੱਖ ਕੀ ਨੇ ਮੁੱਠੀ ਪਰ ਸਿੱਖ ਜਿੰਨੇ ਵੀ ਆਉਣਗੇ ਅੰਗਰੇਜ਼ ਸਨ ਬੜੇ ਸ਼ਕਤੀਸ਼ਾਲੀ ਤੋਪਾਂ ਪੀੜ ਦਿੱਤੀਆਂ ਆਖਣ ਲੱਗੇ ਖਬਰ ਪੁੱਜੀ ਹੈ ਕਿ ਸ਼ਾਮ ਸਿੰਘ ਅਟਾਰੀ ਕੁਝ ਜਥਾ ਲੈ ਕੇ ਸਾਡੇ 'ਤੇ ਹਮਲਾ ਬੋਲਣ ਵਾਲਾ ਅਤੇ ਅੰਗਰੇਜ਼ਾਂ ਨੇ ਆਪਣੀ ਗੱਲ ਇੱਕ ਦੂਜੀ ਨੂੰ ਟਾਂਚ ਨਾਲ ਕਰਦਿਆਂ ਇੱਕ ਗੱਲ ਆਖੀ ਕਹਿਣ ਲੱਗੇ ਸ਼ਾਮ ਸਿੰਘ ਅਟਾਰੀ ਕੀ ਸਿੱਖ ਰਾਜ ਦੀ ਤਬਾਹੀ ਕਰਨ ਵਾਲੇ ਅਸੀਂ ਅਤੇ ਸ਼ਾਮ ਸਿੰਘ ਅਟਾਰੀ ਇੱਕ ਉਹ ਮੈਦਾਨ ਜਿੱਤ ਕੇ ਪੰਜਾਬ ਦਾ ਰਾਜ ਕਿਵੇਂ ਹਾਸਲ ਕਰ ਸਕਦਾ ਆਓ ਅੱਗੋਂ ਗੋਰੇ ਕਿਹੜਾ ਘੱਟ ਸਨ ਨੀਤੀ ਵਿੱਚ ਪੂਰੇ Oh,
ਕੰਧਾਂ ਦਿੱਤੀਆਂ ਲਾ ਓ ਕੰਧ ਘਰ ਖੜਕਿਆ ਆਪਣੇ ਚੋਟਾਂ ਦਿੱਤੀਆਂ ਲਾ
ਅਸੀਂ ਉਸ ਸਕੂਲਾਂ ਵਿੱਚ ਪੜੇ ਹੋਇਆ ਮੈਂ ਆਪ ਜੀ ਦੁੱਖੇ ਮੈਂ ਜਾਵਾਂਗਾ ਚੱਲਦੇ ਆ ਕਿਉਂਕਿ ਪ੍ਰੋਗਰਾਮ ਬਹੁਤ ਹੋਣ ਕਰਕੇ ਰਾਤ ਹੀ ਗੱਡੀ 'ਚ ਯੂਪੀ ਅਨੀਦਾ ਵੀ ਜਿਹੜਾ ਇਹ ਵੀ ਪਰੇਸ਼ਾਨ ਕਰ ਲੈਂਦਾ ਆ ਸਿੱਖ ਦੀ ਆਵਾਜ਼ ਵੀ ਬਹਿ ਗਈ ਅਨੀਦਾ ਕਰਕੇ ਤੋ ਇਸ ਲਈ ਬੇਨਤੀ ਪ੍ਰਵਾਨ ਕਰਨਾ ਤੋ ਢਾਡੀ ਰਾਗ ਜਿਹੜਾ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਇਹ ਸਰੰਗੀ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ ਕਿੱਥੇ ਤਲਬ ਹੈ ਔਰ ਰਾਗ ਦੇ ਧਨੀ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਸਾਹਮਣੇ ਬੈਠੇ ਨੇ ਅਤੇ ਫਿਰ ਇਹ ਗੱਲ ਹੈ ਉਹ ਦੂਸਰੀ ਗੱਲ ਮੈਂ ਨਹੀਂ ਕਹਿਣੀ ਵੀ ਉਹਨਾਂ ਦੇ ਸਾਹਮਣੇ ਦੀਵੇ ਨਹੀਂ ਜਗ ਸਕਦੇ ਕਿਹਨਾਂ ਦੇ ਉਹ ਨਹੀਂ ਮੈਂ ਕਹਿਣਾ ਕਿਉਂਕਿ ਮਹਾਂਪੁਰਸ਼ ਨੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬੈਂਦੀ ਉਹ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਉੱਠੀ ਸੰਗੀਤ ਦਾ ਤਾਂ ਐਂ ਕਰਦੇ ਰਹੇ ਆ ਐਜ ਏ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਗਲਾ ਜਿਹੜਾ ਪ੍ਰਚਾਰਕ ਦਾ ਰਹਿੰਦਾ ਨਹੀਂ ਫਿਰ ਅਤੇ ਸੰਗੀਤ ਕੀ ਹੈ ਇਹਦੀ ਡੈਫੀਨੇਸ਼ਨ ਮਹਾਂਪੁਰਸ਼ ਜਾਣਦੇ ਆ ਨਾਲੇ ਜਵੰਦੀ ਟਕਸਾਲ ਸੰਗੀਤ ਦਾ ਘਰ ਹੈ ਤਾਂਤੀ ਸਾਜ ਦਾ ਘਰ ਹੈ ਇਸ ਲਈ ਇਹ ਆਪ ਜੀ ਦੇ ਨਾਲ ਜਿੰਨੀ ਵੀ ਵਿਚਾਰ ਕੀਤੀ ਜਾ ਰਹੀ ਹੈ ਤੁਹਾਡੇ ਧੁੱਕੇ ਮਾ ਲੈਣੀ ਹੈ ਇੱਕ ਵਾਰ ਹੋਰ ਕਹਿਣੀ ਹੈ ਅਜੇ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਅਤੇ ਉਹਦੀ ਸ਼ਹੀਦੀ ਬਾਰੇ ਜ਼ਿਕਰ ਕਰਕੇ ਤੁਹਾਡੇ ਧੁੱਕੇ ਮਾ ਲੈਣੀ ਹੈ ਜੀ ਤੋ ਚਾਹਤਾ ਹੈ ਕਿ ਲਗਾ ਦੂੰ ਆਗ ਕੋਹੇ ਤੂਰ ਕੋ ਮਗਰ ਬਾਤ ਇਹ ਹੈ ਕਿ ਮੂਸਾ ਬੇਵਤਨ ਹੋ ਜਾਏਗਾ ਗੱਲ ਚੱਲ ਰਹੀ ਸੀ ਤਾਂ ਜੀ ਮੇਰੇ ਛੋਟੇ ਵੀਰ ਸ਼ੇਰ ਬੋਲ ਰਹੇ ਸਨ ਗੁਰੂ ਨਾਨਕ ਦੀ ਰਹਿਮਤ ਬਾਰੇ ਨਦਰੇ ਰਹਿਮਤ ਸੇ ਨਾਨਕ ਜਿੱਧਰ ਇਸ਼ਾਰਾ ਕਰਦੀ ਹੈ ਉਰਦੂ ਬੜੀ ਬਿਖੜੀ ਚੀਜ਼ ਹੈ ਜਿੱਧਰ ਇਸ਼ਾਰਾ ਕਰਦੀ ਹੈ ਔਰ ਉਹਨਾਂ ਨੇ ਰੇਠਾ ਕੇ ਜਿੱਧਰ ਇਸ਼ਾਰਾ ਕਰਦੀ ਆ ਗੁਰੂ ਨਾਨਕ ਦੀ ਰਹਿਮਤ ਗੁਰੂ ਨਾਨਕ ਦੀ ਰਹਿਮਤ ਜਦੋਂ ਹੋ ਜਾਏ ਇਸ਼ਾਰਾ ਕਰ ਦੇਵੇ ਤਾਂ ਫਿਰ ਹੁੰਦਾ ਕੀ ਹੈ ਨਜ਼ਰ ਜਾ ਉਪੀ ਪੁਰਠੀ ਤੋਂ ਦੁਆ ਬਣ ਗਈ ਨਜ਼ਰ ਜਾ ਤਿਲਸੀ ਗਈ ਤੋਂ ਕਜਾ ਬਣ ਗਈ ਨਜ਼ਰ ਜਾ ਤਿਲਸੀ ਗਈ ਤੋਂ ਯਾ ਬਣ ਗਈ ਨਜ਼ਰ ਜਬ ਨਜ਼ਰ ਸੇ ਮਿਲੀ ਤੋਂ ਵਫਾ ਬਣ ਗਈ ਵਫਾ ਬਣ ਜਾਏ ਅਤੇ ਫਿਰ ਸੋਨੇ ਤੇ ਸੁਹਾਗਾ ਹੈ ਇਹ ਸੰਤ ਮਹਾਂਪੁਰਸ਼ ਦੁਨੀਆ ਮਰਦੀ ਹੈ ਆ ਰਹੀ ਹੈ ਜਾ ਰਹੀ ਹੈ ਕੋਈ ਪੁੱਛਦਾ ਹੈ ਮਗਰ ਜਿਹਨਾਂ ਦੇ ਸਲਾਨੇ ਮੇਲੇ ਲੱਗਦੇ ਨੇ ਬਰਸੀਆਂ ਮਨਾਈਆਂ ਜਾਂਦੀਆਂ ਉਹ ਸਦਾ ਜਿੰਦੇ ਹਨ ਆਓ ਇਹ ਚਾਰ ਲੈਣਾ ਤੁਹਾਡੇ ਸਾਹਮਣੇ ਕਹਿ ਰਹੇ ਹਨ ਅਤੇ ਇੱਕ ਢਾਡੀ ਰਾਗ ਦਾ ਮਹਾਂਪੁਰਸ਼ ਬੈਠੇ ਨੇ ਜਿਹਨੂੰ ਢਾਈਆ ਕਹਿੰਦੇ ਰਾਗ ਢਾਈਆ ਇਹ ਸ਼ਹਿਰ ਦੀ ਸੰਗਤ ਹੈ ਪਰ ਹੁਣ ਅਸੀਂ ਸ਼ਹਿਰੀ ਬਣ ਗਏ ਆਏ ਤੇ ਪਿੰਡਾਂ 'ਚੋਂ ਹਨ ਕੋਈ ਬਾਹਰ 'ਚੋਂ ਆਇਆ ਕੋਈ ਲੈਲਪੁਰੋਂ ਆਇਆ ਕੋਈ ਗੁਜਰਾਂਵਾਲ ਤੋਂ ਆਇਆ ਕੋਈ ਕਿੱਥੋਂ ਆਇਆ ਹੁਣ ਅਸੀਂ ਸ਼ਹਿਰੀ ਬਣ ਗਏ ਇਹ ਹੁਣ ਇੱਕ ਗੀਤ ਵੀ ਚੱਲਿਆ ਨਾ ਤਾਂ ਜੀ ਦੇ ਗੀਤ ਗਾ ਰਹੇ ਸਨ ਤੁਹਾਡੇ ਸਾਹਮਣੇ ਇੱਕ ਮੁੰਡੇ ਨੇ ਹੁਣ ਗਾਇਆ ਗੀਤ 2.5 ਕਰੋੜ ਦਾ ਉਹਦੇ 'ਤੇ ਹਰਦਾਨਾ ਹੈ ਵੀ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਇਹ ਗੱਲ ਜਿਹੜੀ ਹੈ ਇਹ ਉਹਨਾਂ ਲੋਕਾਂ ਸੰਗੀਤਕਾਰਾਂ ਦਾ ਕੰਮ ਹੈ ਸਾਡਾ ਕੰਮ ਹੈ ਢਾਡੀ ਰਾਗ ਕਰਨਾ ਢਾਡੀ ਜੀ ਹੋਏ ਤੋ ਆਓ ਆ ਚਾਰ ਲੈਣਾ ਤੁਹਾਡੇ ਸਾਹਮਣੇ ਢਾਡੀ ਕਿਉਂ ਪੇਸ਼ ਕਰ Thank you.
चलते हैं जमाने के साथ साथ, मगर मर्द वो हैं जो जमाने को बदल देते हैं। सरदार श्याम सिंह अटारी ने तलवार और इशारा कीता है, किले तो लाई है, म्यान चो बाहर कढ़ी है, शस्त्र नु चुमे है, कहन लगा तेरे नाल बड़े बड़े जग युद्ध मैदान युद्ध विच जीते हन, और शेरे पंजाब दी सज्जी खब्बी बांह, सज्जी बांह केड़ी सी, जिथे पेशावर अज भी जाओ साढ़े इतने बच्चे ने चुप कराना हो बीबियां कहदी है चुप कर जा माऊ आ जाएगा, माणो बिल्ली आ जाएगी, मगर पठानिया की कहनी है ये तुहाडे सिखां दी फिदत है, तुसी फकर नाल सिर उच्चा करके अज भी बीबियां काबल कनार विच जाओ। वो कहदी है खाश बिहाश के हरिया नावले, वो पस्तो भाषा बोलते है, हरिया नावले का मतलब है हरी सिंह आ जाएगा, हरिया आ जाएगा, ढिड पार सो जाते सब। सरदार हरी सिंह नलुआ शेरे पंजाब की सज्जी बां सदा लई फतेह बुला गई, शाम सिंह अटारी ने तलवार चुकी है, कहन लगा लै बड़े आराम नाल पैसे छे महीने हो गए हैं, तेनू अज फिर मैदान में वैरी ने वंगारे है, पंजाब की अणख ते गैर तेरे हथ है, गुरु गोबिंद सिंह महाराज ने शस्त्रां नू अपना गुरु मनिया है, तो गुरु कलगीधर पातशाह महाराज जी का लिया ना तो आप उठे है, पलक तो छाल मारी है, तलवार खिंची है, कह लगे मेरा घोड़ा लियाओ, घोड़ा लिया गया, पत्नी प्रीतम कौर ने अगे खलो के हाथ जोड़ के आखिया, बेटे कान सिंह ने आखिया पिता जी बजुर्गी के हालात में हूँ इस वक्त कितने जा रहे हो, बीबी प्रीतम कौर ने घोड़े दियां वागा फड़ी, पति देव समा बड़ा भयानक है, महाराणी जिंदा दे मगर अंग्रेज दियां धाड़ां लगियां होईयां ने, पता नहीं कहड़े वेले गिरफ्तार करे, और तुसी इस वेले युद्ध लड़न दे काबल नहीं, ते महाराणी जिंदा दी चिट्ठी सामने करके कहन लगे तू भी एक औरत है इसरी है, मगर शेरे पंजाब महाराजा रणजीत सिंह दी मलका पंजा दरियावां दी राणी जिन्हें चिट्ठी लिखी है, मैं सभरावां दे मैदान विच चलिया ए तलवारां दा छाना लैके, जे ते सभरावां दे मैदान विचों देसी कणक चों अंग्रेजी ढोरा निकल गया ते वापस आ जावांगा, नहीं ते देश दी आजादी नाल चला जावांगा जिथे मेरा राज गया है, पिछे हट जा। उसने सरदार श्याम सिंह घोड़े ने मारी एडी, सिख सरदार बहादुर नाल हन, आखिर होया कि बेड़ियां दा पुल बजिया होया सी, उस वेले लाल सिंह तेजा सिंह उन्हां नूं ये दस्या गया जदों सरदार पार लंघ जाण ते बेड़ियां दा पुल तोड़ के रोड़ देना, इसलिए क्योंकि सरदार पिछे ना मुड़न अंग्रेज दे कब्जे विच आ जाण। होया कि आखिर मैदान विच गजे अंग्रेज बड़े बड़े योधे सन, बड़े लड़ाके, हुण भी तुसी जानदे हो तालिबान विच फौजां जिवें चल रही हैं ते की कुछ हो रहा है, और उन्हां दे नाल पंजाब पै गया सरदारां दा, मगर कला कला सरदार ये उन्हां दी हिस्ट्री है। सिख कौम दे कोश विच ये शब्द नहीं आया सिख दा सिर ते उड़ जाएगा, मगर सिख पिछे नहीं मुड़ के आवेगा, शहादत दा जाम पीवेगा। और उस वेले लिया अकाल पुरख दा नाम, घोड़े नूं लाई एडी सभरावां दे मैदान विच गया, घोड़ा फेरे और घोड़ा फेरे ये तको बुढ़े जरनैल ते जवानी आ गई है, और जिहड़ी मौत है उत्ते खिड़खड़ा के हस रही है, उत्ते शेरे पंजाब महाराजा रणजीत सिंह दा चेता, कह लगे पंजाब दा शेर कदे तलवार चलानी, और उन्होंने हक वह भी समा सी जदों अटक नूं पार कर लग्या, अटक नूं आखिया रुक जा, ते अटक ने आखिया तू भी राजा ते मैं भी राजा, खवाया बली कदे वहन दरियावां दे रुकदे नहीं, मगर अटकता ये तुहाडा इतिहास है। शेरे पंजाब ने आखिया लै फिर जे तू भी अटकना नहीं भरिया वगेगा असी पार लंघना है। उस वेले अकाली फूला सिंह नौशहरे का युद्ध है, इतिहासिक टच दे रहा हाँ, और उस वेले घोड़े तो उतर के जोड़ा ला दिता, अरदास की गुरु नानक गुरु कलगीधर जी के चरणों में, उस वेले दरिया गिटे गिटे ते गोडे गोडे हो गया जदों घोड़ा सुटिया, आखिर दरिया हार खा गया। ये भी मैं प्रसंग लिखण का यतन किया है ते लिखिया है कि शेरे पंजाब पार किवें होया, आखिर दरिया अटक भी हार खा गया। इधर श्याम सिंह अटारी सिख सरदारा नूं दिता जो शीला केड़ा
गगनत मामा बाजियो परयो निशाने घाओ खेत जो मांडियो सूरमा आप जुजन को धाओ सूरा सो पहचानिए जो लदे दिन के हेत पुरजा कट मरे कब हुन छाडा खेत श्याम सिंह सरदार ने घोड़ा छेड़िया अंग्रेज ते हल्ले दिया लाइना आ राग ढाइया ढाडी राग एक वार है एक वार अंग्रेजी मेरे सामने बोल के गए एम ए साहब और मधु शांगिया जी अंग दी वार और मेरे तो पहला दाम दे नाल सुरंगी मास्टर कंग मेरे नाल भी 2 साल ला गए वो पहला भारी बजा रहा सी बाबा जी कह रहे हुण बजा मगर उन्हें बाद जोड़े दी बैंत बजाई ते अंग वज गया सामने बैठे सी भाड़ी नाल ते अंग नाल राग दा मुकाबला नहीं सी बाबा जी कह रहे सन ए पोते ला तो मैं बेनती की बाबा जी हुण तुसी ते जानदे हो ना ਉਹ ਭਾਰੀ ਵੱਜ ਰਹੀ ਸੀ ਜਿਹੜਾ ਗੀਤ ਗਾ ਰਹੇ ਸਨ ਹੁਣ ਜੋੜੇ ਦੀ ਬੈਤ ਹੈ ਹੁਣ ਅੰਗ ਦਾ ਰਾਗ ਵੱਜ ਰਿਹਾ ਤੇ ਅੰਗ ਦੀ ਆ ਹੁਣ ਇੱਕ ਅੰਗ ਦੀ ਹੈ ਇੱਕ ਜੋੜੇ ਦੀ ਹੈ ਤੁਹਾਡੇ ਸਾਹਮਣੇ ਰਾਗ ਢਾਈਆ ਅਜੇ ਢਾਡੀ ਰਾਗ ਮਾਲਵੇ ਚੋਂ ਪੈਦਾ ਹੋਇਆ ਔਰ ਮਾਲਵੇ ਚੋਂ ਅੱਗੇ ਖਿਲਰ ਗਿਆ ਹੁਣ ਸ਼ਾਇਦ ਅਸੀਂ ਢਾਡੀ ਰਾਗ ਨੂੰ ਇੱਕ ਜਵਾਦੀ ਤੋਂ ਬਾਅਦ ਗੁਰਦੁਆਰਿਆਂ ਵਿੱਚ ਜਿਹੜਾ ਲੁਧਿਆਣਾ ਕਲਗੀਧਰ ਮੋਰਚਿਆਂ ਦਾ ਇੱਕ ਗਵਾਹ ਖਲੋਤਾ ਹੈ ਕਲਗੀਧਰ ਸਿੰਘ ਸਭਾ ਗੁਰਦੁਆਰਾ ਜਦੋਂ ਐਡੀਟੇਸ਼ਨ ਖਾਲਸੇ ਦਾ ਚੱਲਦਾ ਤੇ ਢਾਡੀਆਂ ਦੀ ਸਟੇਜ ਸੀ ਜੋ ਕਿ ਕੇਂਦਰੀ ਸਥਾਨ ਸੀ ਉਸ ਵੇਲੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਅੱਜ ਇੱਕ ਢਾਡੀ ਉਹਦੇ ਵਿੱਚ ਪਾ ਲਿਆ ਜਾਂਦਾ ਬਾਕੀ ਸਾਰੇ ਪਾ ਕੇ ਕੋਰਮ ਪੂਰਾ ਕਰ ਦਿੱਤਾ ਜਾਂਦਾ ਢਾਡੀ ਦਰਬਾਰ ਰੱਖ ਦਿੱਤਾ ਗਿਆ ਇਹ ਹੈ ਢਾਡੀ ਦਰਬਾਰ ਜਿੱਥੇ 5-5, 7-7 ਢਾਡੀ ਜਥੇ ਬੋਲਣ ਇਹਦੇ ਬਾਬਾ ਸੁੱਚਾ ਸਿੰਘ ਜੀ ਨੂੰ ਇੱਕ ਵਾਰੀ ਮੈਂ ਬੇਨਤੀ ਕਰ ਦਿੱਤੀ ਬਾਬਾ ਜੀ ਢਾਡੀ ਜਥੇ 2 ਨੇ ਰਾਗੀ ਜਥੇ 7 ਨੇ ਗੱਲ ਕੀ ਹੈ ਤੇ ਬਾਬਾ ਜੀ ਹੋਰ ਤੇ ਕੁਛ ਕਹਿੰਦੇ ਉਹਨਾਂ ਦੀ ਤਾੜੀ ਦੇ ਵਿੱਚ ਬਹੁਤ ਕੁਛ ਸੀ ਪਤਾ ਨਹੀਂ ਕੀ ਸੀ ਤਾੜੀ ਮਾਰ ਕੇ ਕਹਿੰਦੇ ਆ ਫਿਰ ਤੁਹਾਡਾ ਕੀ ਪ੍ਰੋਬਲਮ ਮੈਂ ਕਿਹਾ ਜੀ ਮੈਂ ਤੇ ਇਹ ਕਵਾਂਗਾ 5ਵੇਂ ਪਾਤਸ਼ਾਹ ਨੂੰ ਰਾਜੀ ਕਰਨਾ ਤੇ 6ਵੇਂ ਨੂੰ ਨਾਰਾਜ਼ ਕਰਨਾ ਮੈਂ ਤੇ ਇਹ ਗੱਲ ਕਵਾਂਗਾ ਕਹਿੰਦੇ ਦੱਸ ਅਰਥ ਕਰਕੇ ਮੈਂ ਕਿਹਾ ਤੁਹਾਨੂੰ ਅਰਥ ਕਰਕੇ ਮੈਂ ਦੱਸਾਂ ਇਹ ਕਿਵੇਂ ਹੋ ਸਕਦਾ ਮੈਂ ਕਿਹਾ ਜੀ 6ਵੇਂ ਪਾਤਸ਼ਾਹ ਨੇ ਢਾਡੀ ਘੱਟ ਤੋਂ ਘੱਟ 5-6 ਉਹਨਾਂ ਨੇ ਉਸ ਦਿਨ ਤੋਂ ਆਰੰਭ ਕਰ ਦਿੱਤਾ ਢਾਡੀ ਦਰਬਾਰ ਸੰਗੀਤ ਸੰਮੇਲਨ ਤਾਤੀ ਸਾਜ ਰਾਗੀਆਂ ਨੂੰ ਰਾਗ ਔਰ ਰਾਗ ਵਿਦਿਆ ਇਹਨੇ ਸਨਮਾਨ ਦਿੱਤੇ ਗਏ ਫਿਰ ਨਾਲ ਉਹਨਾਂ ਨੇ ਢਾਡੀ ਦਰਬਾਰ ਰੱਖਿਆ ਤੇ ਲੁਧਿਆਣਾ ਢਾਡੀਆਂ ਦਾ ਇੱਕ ਗੜ੍ਹ ਸੀ ਮਗਰ ਅੱਜ ਅਫਸੋਸ ਹੈ ਗੁਰਦੁਆਰਿਆਂ ਵਿੱਚ ਇੱਕ ਢਾਡੀ ਬੁਲਾਇਆ ਜਾਂਦਾ ਢਾਡੀ ਦਰਬਾਰ ਦਾ ਨਾਂ ਆ ਜਵਾਦੀ ਤੋਂ ਸਿੱਖਣਾ ਚਾਹੀਦਾ ਢਾਡੀ ਅਗਰ ਜੇ ਨਾ ਹੋਵੇ ਇਹ ਯਾਦ ਹੈ 20-20 ਹਜ਼ਾਰ ਦੀਆਂ ਢਕਾਂ ਬਣ ਕੇ ਅਬਦਾਲੀ ਪਾਰ ਲੈ ਜਾਂਦਾ ਕਿੱਥੇ ਗਜਨੀ ਵਿੱਚ ਜਿੱਥੇ ਭੇੜ ਦਾ ਮੁੱਲ 3 ਰੁਪਏ ਹੈ ਤੇ ਇਸ ਪੰਜਾਬ ਤੇ ਹਿੰਦੁਸਤਾਨ ਦੀ ਜਵਾਨ ਲੜਕੀ ਦਾ ਮੁੱਲ 1 ਟਕਾ ਪੈਂਦਾ ਔਰ ਉਸ ਵੇਲੇ ਢਾਡੀ ਬੁਲਾਏ ਗਏ ਇਹ ਜਿਹੜੇ ਉੱਚੀਆਂ ਆਵਾਜ਼ਾਂ ਵਿੱਚ ਗਾਉਂਦੇ ਆ ਹੁਣ ਤੇ ਅਸੀਂ TV ਔਨ ਕਰਨੇ ਆ ਕੰਨਾਂ 'ਚ ਆਵਾਜ਼ ਬੜੀ ਪੈਂਦੀ ਆ ਆਵਾਜ਼ ਘੱਟ ਕਰੋ ਆਵਾਜ਼ ਘੱਟ ਕਰੋ ਨਹੀਂ ਇਹ ਆਵਾਜ਼ ਬੁਲੰਦ ਨਾਲ ਹਿੰਦੁਸਤਾਨ ਜ਼ਿੰਦਾ ਹੈ ਪੰਜਾਬ ਜ਼ਿੰਦਾ ਹੈ ਖਾਲਸਾ ਬਹਾਦਰ ਹੈ ਔਰ ਅਸੀਂ ਸ਼ਬਦ ਪੜ੍ਹਾਂਗੇ ਗੁਰਬਾਣੀ ਪੜ੍ਹਨੀ ਹੈ ਆਤਮ ਹੈ ਮਗਰ ਮੀਰੀ ਤੇ ਪੀਰੀ ਦਾ ਕੰਸੈਪਟ ਕਾਇਮ ਰੱਖਣਾ ਇਸ ਲਈ ਕੀਰਤਨ ਵੀ ਹੋਵੇਗਾ ਬਾਣੀ ਵੀ ਪੜ੍ਹੀ ਜਾਏਗੀ ਤੁਸੀਂ ਦੇਖਦੇ ਹੋ ਦਰਬਾਰ ਸਾਹਿਬ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਤੇ ਸਾਹਮਣੇ ਉੱਥੇ 6ਵੇਂ ਪਾਤਸ਼ਾਹ 12 ਵਜੇ ਤੋਂ ਲੈ ਕੇ ਸ਼ਾਮ ਤੱਕ ਢਾਡੀ ਦਰਬਾਰ ਆਰੰਭ ਹੁੰਦਾ ਸੀ ਇਸ ਲਈ ਭਗਤੀ ਤੇ ਸ਼ਕਤੀ ਦੇ 2 ਨਿਸ਼ਾਨ ਉਸ ਨੂੰ ਅਸੀਂ ਮੰਨਣਾ ਹੈ ਕਿਉਂਕਿ ਮੀਰੀ ਤੇ ਪੀਰੀ ਦਾ ਕੰਸੈਪਟ ਕਾਇਮ ਰੱਖਣਾ ਦੁਨੀਆ ਦੇ ਸਾਹਮਣੇ ਆਓ ਇਹ ਮੈਂ ਆਖਰੀ ਗੱਲ ਕਹਿ ਕੇ ਤੁਹਾਡੇ ਤੋਂ ਖਿਮਾ ਲੈਣੀ ਹੈ ਇਹ ਢਾਈਏ ਦੀਆਂ ਲੈਣਾ 4 ਢਾਈਆ 2 ਅੱਧਾ 2.5 ਹੋ ਗਏ 2.5 ਪ੍ਰਸ਼ਾਦੇ ਤੇ ਰਾਗ 2.5 ਖੈਰ ਮੈਂ ਕੀ ਦੱਸਾਂ ਮਹਾਂਪੁਰਸ਼ ਬੈਠੇ ਔਰ ਸੰਗਤਾਂ ਬੈਠੀਆਂ ਸੰਗੀਤ ਦੇ ਮਹਾਨ ਵਿੱਚ ਬੜੇ ਬੜੇ ਗਿਆਤਾ ਬੈਠੇ ਨੇ ਸੰਗੀਤਕਾਰ ਬੈਠੇ ਨੇ ਮਹਾਂਪੁਰਸ਼ ਬੈਠੇ ਨੇ ਆਓ ਮੈਂ ਤੇ ਇੱਕ ਢਾਡੀ ਹਾਂ ਬਸ ਢਾਡੀ ਦੇ ਨਾਤੇ ਇੱਕ ਸੇਵਾ ਕਰ ਜਾਣੀ ਹੈ ਸਨ 85 ਤੋਂ ਬਾਬਾ ਜੀ ਨੇ ਇੱਥੇ ਹੁਕਮ ਕੀਤਾ ਜਿਵੇਂ ਜਥੇਦਾਰ ਸਾਡੇ ਸਰਦਾਰ ਮਨਜੀਤ ਸਿੰਘ ਜੀ ਖਾਲਸਾ ਸਾਹਮਣੇ ਬੈਠੇ ਨੇ ਇਹਨਾਂ ਦੇ ਪਰਿਵਾਰ ਨੇ ਬਾਬਾ ਜੀ ਤੋਂ ਅੰਮ੍ਰਿਤ ਛਕਿਆ ਔਰ ਇੱਥੋਂ ਤੱਕ ਜ਼ਮੀਨ ਵੀ ਦਾਨ ਤੱਕ ਦਿੱਤੀ ਸਾਰਾ ਪਰਿਵਾਰ ਅੱਜ ਤੁਰਿਆ ਆ ਰਿਹਾ ਇਹ ਸਾਡੇ ਇਲਾਕੇ ਦੇ ਜਥੇਦਾਰ ਨੇ ਸਰਪੰਚ ਵੀ ਨੇ ਔਰ ਇਹਨਾਂ ਨੇ ਉਸ ਦਿਨ ਤੋਂ ਔਰ ਇਹਨਾਂ ਨੇ ਉਸ ਦਿਨ ਤੋਂ ਜਵਾਦੀ ਟਕਸਾਲ ਵਿੱਚ ਆਪਣੇ ਸਣੇ ਪਰਿਵਾਰ
तन मन अर्पण किया है। मेरा तो इन्हों का गुआंढ है, असी तो इन्हों लोगों के सिर पर बैठे हाँ। और ठीक है, 40-45-50 साल बीत गए, जिन्ना समा रहिंदा आखिरी श्वास भी श्री गुरु ग्रंथ महाराज ते गुरु खालसा पंथ के चरणों में लग श्याम सिंह अटारी सदा ले शहादत का जाम पी के समा समाप्त है। एक लाइन कह के बैठ लगा, सत्कार योग महापुरखों वालों संत ज्ञानी अमीर सिंह जी उन्हों की बड़ी आशीर्वाद और संत बाबा हरचरण सिंह जी खालसा रविदासपुर वाले गढ़दीवाल जिला हुशियारपुर तो महीने में 4 प्रोग्राम कर रहे हैं। सरपंच साहब बस एको ही लाइन कहनी है, बस मैं बैठन लगा। भाई वीर सिंह ने आ एक गल आखी है, असी समा बीत गया, आउंदे साल नू पता नहीं केड़ियां रूहां ने इत्थे बैठना है,
ते केड़े नवे आने हैं ते केड़े पुराने चले जाए। आए सी जड़े चले गए, जड़े आए ने चले जाने, आउण वाली दुनिया जे वसनी है। तो भाई साहब भाई वीर सिंह जी ने बाबा जी हुक्म कर दे भी यह गल जरूर सुनाउणी है। भाई वीर सिंह जी चार लाइना लिखते, वो कहिंदे खड़े चिमन विच नाला वहिंदा पानी दा खाला, खड़े चिमन विच नाला वहिंदा मत जाने मुड़ वह किना, पत झड़ी गुलजारे उदासे सुंदरता मत रहे किना, सुंदरता दा सुंदर नाला हाय विछोड़ा सहे किना, ऐ दिल अखियो सदर लालो मत जाने मुड़ लहे किना, ऐस जिंदगी दा की परवासा आउंदी रुते रहे के ना।